ਵਾਸਤੇ ਸਮਾਂ ਆਪ ਜੀਆਂ ਨੇ ਬਖਸ਼ਿਆ। ਗੁਰੂ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਰੱਬ ਰੂਪ ਸੰਗਤ ਦੇ ਦੀਦਾਰ ਹੋ ਰਹੇ ਹਨ। ਸੋ ਆਰੰਭਤਾ ਵਿੱਚ ਆਪ ਸਮੂਹ ਸੰਗਤ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ। ਸਤ ਸੰਗਤ, ਜ਼ੁਲਮ ਕਰਨ ਵਾਲਾ ਜ਼ਾਲਮ ਉਹ ਕਦੇ ਨਹੀਂ ਚਾਹੁੰਦਾ ਕਿ ਇਸ ਧਰਤੀ ਦੇ ਉੱਤੇ ਕੋਈ ਪਰ ਉਪਕਾਰੀ ਆਵੇ। ਪਾਪ ਕਰਮ ਕਰਨ ਵਾਲਾ ਜ਼ਾਲਮ ਬੰਦਾ ਉਹ ਨਹੀਂ ਚਾਹੁੰਦਾ ਕੋਈ ਸਰਬੱਤ ਦਾ ਭਲਾ ਮੰਗਣ ਵਾਲਾ ਇਸ ਧਰਤੀ 'ਤੇ ਆਵੇ। ਜ਼ੁਲਮ ਹੁੰਦੇ ਨੇ, ਪਾਪ ਕਰਮ ਹੁੰਦੇ ਨੇ, ਪਰ ਧਰਤੀ ਦੀ ਤਕਦੀਰ ਉਦੋਂ ਬਦਲਦੀ ਹੈ ਜਦੋਂ ਕਿਸੇ ਸੰਤ ਮਹਾਂਪੁਰਸ਼ ਦੇ ਉੱਪਰ ਜ਼ਾਲਮ ਬਿਰਤੀ ਵਾਲਾ ਜ਼ੁਲਮ ਢਾਉਂਦਾ ਹੈ। ਉਦੋਂ ਫਿਰ ਬਾਬਾ ਕਬੀਰ ਸਾਹਿਬ ਜੀ ਵਰਗੇ ਮਹਾਂਪੁਰਸ਼ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਹੇ ਪਰਮਾਤਮਾ, ਸੰਤ ਨੂੰ ਉਹ ਸਜ਼ਾ ਨਹੀਂ ਮਿਲਣੀ ਚਾਹੀਦੀ ਜਿਹੜੀ ਕਿ ਬਹੁਤ ਵੱਡੀ ਕਿਸੇ ਅਪਰਾਧੀ ਨੂੰ ਮਿਲਦੀ ਹੈ। ਬੰਦਗੀ ਕਰਨ ਵਾਲਾ ਪਰਮਾਤਮਾ ਦਾ ਤੇ ਨੂੜ ਕੇ ਉਸ ਨੂੰ ਹਾਥੀ ਦੇ ਗਾੜੀ ਸੁੱਟ ਦਿੱਤਾ ਜਾਵੇ, ਧਰਤੀ ਦੇ ਲੋਕਾਂ ਨੂੰ ਕੁਝ ਸਮੇਂ ਵਾਸਤੇ ਇਹ ਪੁੱਛਿਆ ਜਾਵੇਗਾ ਵੀ ਦੱਸੋ ਇਹ ਕਿੱਧਰ ਦਾ ਇਨਸਾਫ ਹੈ। ਇੱਕ ਸੰਤ ਹੈ, ਕੇਵਲ ਬੰਦਗੀ ਕਰਨ ਵਾਲਾ ਹੈ, ਉਸ ਨੂੰ ਨੂੜ ਕੇ ਹਾਥੀ ਦੇ ਗਾੜੀ ਇਸ ਕਰਕੇ ਸੁੱਟਿਆ ਜਾਵੇ ਕਿ ਇਸ ਸੰਤ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ, ਧਰਤੀ ਦੇ ਲੋਕ ਬੋਲਣ ਤੱਕ ਨਾ। ਫਿਰ ਉਸ ਸੰਤ ਦੀ ਜਿਹੜੀ ਪੁਕਾਰ ਹੈ ਉਹ ਖੁਦਾ ਦੇ ਘਰ ਵਿੱਚ ਸੁਣੀ ਜਾਂਦੀ ਹੈ। ਗੌਂਡ ਰਾਗ ਵਿੱਚ ਆਪਾਂ ਪੜ੍ਹਦੇ ਹਾਂ, ਕਿਆ ਅਪਰਾਧ ਸੰਤ ਹੈ ਕਿ ਨਾ, ਬਾਂਦ ਪੋਟ ਕੁੰਚਰ ਕੋ ਦੀਨਾ। ਹੇ ਖੁਦਾ, ਹੇ ਪਰਮਾਤਮਾ, ਸੰਤ ਨੇ ਕੀ ਅਪਰਾਧ ਕੀਤਾ ਹੈ ਕਿ ਸੰਤ ਨੂੰ ਨੂੜ ਕੇ ਹਾਥੀ ਦੀ ਗਾੜੀ ਸੁੱਟ ਦਿੱਤਾ ਗਿਆ ਹੈ। ਧਾਰਮਿਕ ਮੰਦਿਰ ਬਾਬਾ ਨਾਮਦੇਵ ਜੀ ਨੇ ਵੇਖਿਆ, ਧਰਮ ਦੇ ਖੁਦਾ ਦੇ ਸ਼ਬਦ ਪੜ੍ਹੇ ਜਾਂਦੇ ਨੇ, ਢੋਲਕੀਆਂ ਛੈਣੇ ਵੱਜਦੇ ਪਏ ਨੇ, ਖੁਦਾ ਦਾ ਭਗਤ ਪਰਮਾਤਮਾ ਦਾ ਭਗਤ ਮੰਦਰ ਦੇ ਅੰਦਰ ਪ੍ਰਵੇਸ਼ ਕਰਦਾ ਹੈ ਇਸ ਕਰਕੇ ਕਿ ਮੈਂ ਵੀ ਬੰਦਗੀ ਕਰਾਂ। ਸਤਸੰਗਤ ਜਿਹੜੇ ਢੋਲਕੀਆਂ ਦੇ ਨਾਲ ਸ਼ਬਦ ਪੜ ਰਹੇ ਹੁੰਦੇ ਨੇ, ਢੋਲਕੀਆਂ ਸੁੱਟ ਦਿੰਦੇ ਨੇ, ਚੁਮਟੇ ਸੁੱਟ ਦਿੰਦੇ ਨੇ, ਛੈਣੇ ਸੁੱਟ ਦਿੰਦੇ ਨੇ, ਸਾਰੇ ਇੱਕੋ ਗੱਲ ਕਹਿੰਦੇ, ਸ਼ੂਦਰ ਆ ਗਿਆ, ਸ਼ੂਦਰ ਆ ਗਿਆ। ਜਿਉਂ ਭਗਤ ਨਾਮਦੇਵ ਜੀ ਵੱਲ ਧਾਹਾ ਕਰਕੇ ਪੈ ਜਾਂਦੇ ਤੇ ਨਾਲੇ ਧੱਕੇ ਮਾਰੇ ਜਾਂਦੇ ਨੇ, ਨਾਲੇ ਕੁੱਟੀ ਜਾਂਦੇ ਨੇ, ਨਾਲੇ ਕਹਿੰਦੇ ਵੀ ਇਹ ਸ਼ੂਦਰ ਹੈ, ਇਹ ਸ਼ੂਦਰ ਹੈ, ਉਦੋਂ ਫਿਰ ਭਗਤ ਨਾਮਦੇਵ ਜੀ ਦੇ ਹਿਰਦੇ ਵਿੱਚੋਂ ਇੱਕ ਹੋਕ ਨਿਕਲੀ ਹੈ ਜਿਹੜੀ ਪਰਮਾਤਮਾ ਦੇ ਦਰ ਤੇ ਪੁਕਾਰ ਬਣ ਕੇ ਇੱਕ ਅਰਦਾਸ ਪ੍ਰਵਾਨ ਹੋਈ ਕਿ ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਭਗਤ ਨਾਮਦੇਵ ਜੀ ਕਹਿੰਦੇ, ਹੇ ਪਰਮਾਤਮਾ, ਨਾਲੇ ਮੈਨੂੰ ਮਾਰਿਆ ਹੈ, ਨਾਲੇ ਮੈਨੂੰ ਬੈਠੇ ਨੂੰ ਉਠਾਇਆ ਹੈ, ਨਾਲੇ ਕਹਿੰਦੇ ਸ਼ੁੱਧਰ ਆ ਗਿਆ। ਇਸ ਸ਼ਬਦ ਨੂੰ ਫਿਰ ਸੁਣਨਾ, ਨਾਲੇ ਕੁੱਟਦੇ ਨੇ, ਨਾਲੇ ਬੈਠੇ ਨੂੰ ਉਠਾਲ ਕੇ ਧੱਕੇ ਮਾਰਦੇ ਨੇ, ਤੇ ਮੂੰਹ ਤੋਂ ਕਹਿੰਦੇ ਨੇ ਸ਼ੁੱਧਰ ਆ ਗਿਆ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਜੇ ਭਗਤ ਦੀ ਸਰਕਾਰੇ ਦਰਬਾਰੇ ਨਾ ਸੁਣੀ ਜਾਏ ਤੇ ਉਹ ਜਨ ਭਗਤ ਨੂੰ ਇਸ ਗੱਲ ਵਿੱਚ ਕੋਈ ਮਾੜਾ ਨਹੀਂ। ਜੇ ਭਗਤ ਦੀ ਰੱਬ ਦੇ ਘਰ ਦੇ ਵਿੱਚ ਵੀ ਨਾ ਸੁਣੀ ਜਾਏ ਤੇ ਭਗਤ ਦਾ ਹਿਰਦਾ ਬਲੂੰਦਰਿਆ ਜਾਂਦਾ ਹੈ, ਭਗਤ ਦਾ ਹਿਰਦਾ ਦੁਖੀ ਹੋ ਜਾਂਦਾ। ਸਾਸ, ਹੇ ਪਰਮਾਤਮਾ, ਮੈਨੂੰ ਸ਼ੂਦਰ ਵੀ ਆਖਿਆ, ਬੈਠੇ ਨੂੰ ਉਠਾਇਆ, ਧੱਕੇ ਮਾਰੇ ਤੇ ਕੁੱਟਿਆ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਵੀ ਕਿਸੇ ਸੰਤ ਨੂੰ ਦੁੱਖ ਵਿਆਪਦਾ ਹੈ ਉਹ ਫਿਰ ਸਾਧ ਸੰਗਤ ਉਹਦੀ ਅਰਦਾਸ ਕੋਈ 2-4 ਮਿੰਟ ਦੀ ਨਹੀਂ ਹੁੰਦੀ, ਉਹ ਦਿਨੇ ਰਾਤ ਕੂਕਦਾ ਹੈ, ਦਿਨੇ ਰਾਤ ਕੂਕਦਾ ਹੈ
ਇੱਕ ਦਿਨ ਐਸਾ ਆ ਜਾਂਦਾ ਫਿਰ ਉਹਦੀ ਅਰਦਾਸ ਪ੍ਰਵਾਨ ਹੋ ਜਾਂਦੀ। ਕਬੀਰ ਕੇਸੋ ਕੇਸੋ ਕੁੱਕੀ ਹੈ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ। ਜਿੱਦਣ ਪੁਕਾਰ ਸੁਣੀ ਜਾਂਦੀ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਨੂੰ ਆਉਣਾ ਪੈਂਦਾ ਹੈ ਉਸ ਦਿਨ। ਇੰਨੀ ਕਿ ਸਤਿਗੁਰੂ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਇੱਥੋਂ ਤੱਕ ਕਹਿੰਦੇ ਨੇ ਹੇ ਸੰਸਾਰ ਦੇ ਲੋਕੋ, ਮੈਂ ਇਸ ਜਗਤ ਵਿੱਚ ਆਉਣਾ ਹੀ ਨਹੀਂ ਸੀ ਚਾਹੁੰਦਾ, ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਦੁਬਾਰਾ ਇਸ ਜਗਤ ਦੇ ਵਿੱਚ ਫੇਰ ਆਵਾਂ। ਚਿੱਤ ਨਾ ਭਇਓ ਹਮਰੋ ਆਵਣ ਕਹਿ, ਬਿਲਕੁਲ ਚਿੱਤ ਨਹੀਂ ਸੀ ਕਰਦਾ ਕਿਉਂਕਿ ਚੁੱਭੀ ਰਹੀ ਸੁਰਤ ਪ੍ਰਭ ਚਰਨਣ ਮੈਂ, ਤਾਤ ਮਾਤ ਮੁਰ ਅਲਖ ਅਰਾਦਾ, ਬਹੁਬਿਦ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਹ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵ। ਤਿੰਨ ਪ੍ਰਭ ਜਬ ਆਏ ਸੋਹਿ ਦੀਆ, ਤਬ ਹਮ ਜਨਮ ਕਲੂ ਮਹਿ ਲੀਆ। ਆਏ ਸੋਹਿ ਦੀਆ, ਮੈਨੂੰ ਹੁਕਮ ਕਰ ਦਿੱਤਾ, ਮੈਨੂੰ ਆਉਣਾ ਪਿਆ। ਅਵਤਾਰੀ ਪੁਰਸ਼ ਨੂੰ ਫਿਰ ਆਉਣਾ ਪੈਂਦਾ ਹੈ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ, ਜਗ ਮਾਹੇ ਪਠਾਇਆ। ਦਤਾਰ ਵੇਖੋ, ਦਤਾਰ ਦਾ ਮਤਲਬ ਹੈ ਦਾਤਾਂ ਦੇਣ ਵਾਲਾ। ਘਰ ਨਹੀਂ ਹੈਗਾ ਕੋਲ, ਆਪਾਂ ਘਰ ਮੰਗਦੇ, ਮਹਾਰਾਜ ਅਸੀਂ ਕਿਰਾਏ ਤੇ ਰਹਿ ਰਹੇ, ਆਪਣਾ ਘਰ ਦੇ ਦਿਓ, ਦੇ ਦਿੰਦਾ ਸੱਸ। ਸਾਡੇ ਘਰ ਵਿੱਚ ਦੁੱਧ ਨਹੀਂ, ਅਸੀਂ ਕਹਿੰਦੇ ਮਹਾਰਾਜ ਮੁੱਲ ਲੈਂਦੇ ਹਾਂ, ਸਾਨੂੰ ਇਹ ਵੀ ਕਿਰਪਾ ਕਰ ਦਿਓ ਕਿ ਗਊ ਭੈਂਸ ਮਾਂਗੂ ਲਵੇਰੀ, ਮੈਨੂੰ ਇੱਕ ਗਾਂ ਤੇ ਇੱਕ ਮੱਝ ਦੇ ਦੇ। ਮਹਾਰਾਜ ਉਹ ਵੀ ਦੇ ਦਿੰਦੇ ਸੱਸ। ਧੀ ਪੁੱਤਰ ਕੁਝ ਨਹੀਂ ਹੈਗਾ ਘਰ ਦੇ ਵਿੱਚ, ਮਹਾਰਾਜ ਧੀ ਤੇ ਪੁੱਤਰ ਕਿਉਂਕਿ ਉਹ ਦਾਤਾ ਹੈ ਉਹ ਵੀ ਦੇ ਦਿੰਦਾ ਹੈ। ਮੈਂ ਕਹਿੰਦਾ ਸੀ ਗੁਰੂ ਸਾਹਿਬ ਦੇ ਕੋਲ ਬੇਨਤੀ ਕਰੀਏ ਆ ਕੇ, ਮਹਾਰਾਜ ਮੈਨੂੰ ਗੁਰੂ ਨਾਨਕ ਚਾਹੀਦਾ, ਅਰਦਾਸ ਕਰੀਏ ਮਹਾਰਾਜ ਮੈਨੂੰ ਗੁਰੂ ਨਾਨਕ ਚਾਹੀਦਾ। ਉਹ ਏਡਾ ਵੱਡਾ ਦਾਤਾ ਹੈ, ਉਹ ਗੁਰੂ ਨਾਨਕ ਨੂੰ ਵੀ ਸਾਡੇ ਘਰ ਦੇ ਵਿੱਚ ਭੇਜਦਾ। ਇੱਥੇ ਬਸ ਨਹੀਂ ਸਾਧ ਸੰਗਤ, ਮਹਿਤਾ ਕਲਿਆਣ ਦਾਸ ਜੀ ਭਾਈ ਵੀਰ ਸਿੰਘ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਸੰਤ ਕਵੀ ਹਨ, ਕਹਿੰਦੇ ਮਹਿਤਾ ਕਲਿਆਣ ਦਾਸ ਜੀ ਇੱਕ ਸਮੇਂ ਜਦੋਂ ਉਹਨਾਂ ਦਾ ਮਨ ਗੁਰੂ ਸਾਹਿਬ ਜੀ ਦੇ ਇਸ ਜੀਵਨ ਤੋਂ ਇੰਨਾ ਕੁ ਉਦਾਸ ਹੋ ਗਿਆ, ਚੌਂਕੇ ਵਿੱਚ ਬਹਿ ਕੇ ਪ੍ਰਸ਼ਾਦਾ ਛਕਦੇ ਪਏ ਨੇ, ਥੋੜੀ ਜਿਹੀ ਅੱਖ ਲੱਗ ਗਈ, ਵਾਹਿਗੁਰੂ ਨੇ ਮਾਇਆ ਵਰਤਾ ਦਿੱਤੀ, ਸੌਂ ਗਏ। ਨੀਂਦ ਦਾ ਝੌਂਕਾ ਜਿਹਾ ਆਇਆ, ਸੁਪਨੇ ਦੇ ਵਿੱਚ ਪਿਛਲਾ ਜਨਮ ਯਾਦ ਆ ਗਿਆ। ਕੀ ਹੋਇਆ, ਭਗਤ ਬਾਬਾ ਕਾਲੂ ਜੀ ਬੰਦਗੀ ਕਰਦੇ ਨੇ, ਬੰਦਗੀ ਪ੍ਰਵਾਨ ਹੋ ਜਾਂਦੀ ਹੈ। ਪਰਮਾਤਮਾ ਕਹਿੰਦੇ ਹਨ ਮੰਗ, ਤੇਰੀ ਮੰਗ ਕੀ ਹੈ, ਕਿਸ ਮਨੋਰਥ ਨੂੰ ਮੁੱਖ ਰੱਖ ਕੇ ਬੰਦਗੀ ਕਰਦੇ ਹੋ? ਤੇ ਮਹਿਤਾ ਕਲਿਆਣ ਦਾਸ ਜੀ ਕਹਿੰਦੇ ਹੇ ਪਰਮਾਤਮਾ ਮੇਰੀ ਇਹ ਬੇਨਤੀ ਹੈ, ਮੈਨੂੰ ਤੂੰ ਮਿਲ ਜਾ। ਮਹਿਤਾ ਕਲਿਆਣ ਦਾਸ ਜੀ ਕਹਿੰਦੇ ਹਨ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਵੀ ਪੜ੍ਹਦੇ ਸਾਸ, ਗੁਰੂ ਅਰਜਨ ਸਾਹਿਬ ਕਹਿੰਦੇ ਪਰਮਾਤਮਾ ਪੁੱਛਦੇ ਨੇ ਤੈਨੂੰ ਕੀ ਚਾਹੀਦਾ ਹੈ, ਘਰ ਚਾਹੀਦਾ ਹੈ। ਸਤਿਗੁਰੂ ਸਾਹਿਬ ਕਹਿੰਦੇ, ਰੱਬ ਜੀ ਕਹਿੰਦੇ ਧਨ ਚਾਹੀਦਾ ਹੈ, ਰੱਬ ਜੀ ਕਹਿੰਦੇ ਤੈਨੂੰ ਪਰਿਵਾਰ ਚਾਹੀਦਾ ਹੈ, ਤੇ ਸਾਹਿਬ ਕਹਿੰਦੇ ਮੈਂ ਆਖਿਆ ਮਹਾਰਾਜ ਘਰ ਮੈਂ ਮੰਗ ਲਵਾਂ, ਘਰ ਬਣ ਵੀ ਜਾਵੇਗਾ ਇੱਕ ਦਿਨ ਤੇ ਢਹਿ ਹੀ ਜਾਵੇਗਾ ਨਾ ਮਹਾਰਾਜ, ਮਹਾਰਾਜ ਮੈਂ ਤੁਹਾਡੇ ਕੋਲੋਂ ਧਨ ਮੰਗ ਲਾਂ, ਫਿਰ ਉਹਨੂੰ ਚੋਰ ਵੀ ਚੁਰਾ ਸਕਦੇ ਨੇ, ਕਿਸੇ ਬਿਮਾਰੀ ਦੇ ਕਾਰਨ ਧਨ ਵਿਨਾਸ਼ ਹੋ ਸਕਦਾ ਹੈ, ਮਹਾਰਾਜ ਜਿਹੜਾ ਮੰਗ ਲਿਆ ਆ ਗਿਆ ਇਹ ਚੀਜ਼ਾਂ ਜਾ ਵੀ ਸਕਦੀਆਂ, ਮਹਾਰਾਜ ਜੇ ਮੈਂ ਧੀਆਂ ਪੁੱਤਰ ਮੰਗ ਲਵਾਂ। ਹਾਲਾਂਕਿ ਗੁਰੂ ਸਾਹਿਬ ਜੀ ਨੇ ਮੰਗਿਆ, ਜਿੱਥੇ ਮਾਤਾ ਗੰਗਾ ਜੀ ਨੇ ਅਰਦਾਸ ਕਰਵਾਈ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ, ਉੱਥੇ ਗੁਰੂ ਅਰਜਨ ਸਾਹਿਬ ਜੀ ਨੇ ਵੀ ਆਖਿਆ ਮੈਨੂੰ ਪੁੱਤਰ ਵੀ ਚਾਹੀਦਾ, ਧਨ ਵੀ ਚਾਹੀਦਾ। ਉੱਥੇ ਸ਼ਬਦ ਹਨ ਸਤਿਗੁਰੂ ਦੇ ਕਿ ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕਿਹੋ ਮਾਣ, ਮੰਗੂ ਤਾਣ ਮੰਗੂ ਧਨ ਲਖਮੀ ਸੁੱਤ ਦੇ। ਮੈਨੂੰ ਮਾਣ ਸਨਮਾਨ ਵੀ ਚਾਹੀਦਾ, ਮੈਨੂੰ ਧਨ ਵੀ ਚਾਹੀਦਾ ਹੈ, ਮਾਇਆ ਵੀ ਚਾਹੀਦੀ ਹੈ, ਮੈਨੂੰ ਪੁੱਤਰ ਵੀ ਚਾਹੀਦਾ ਹੈ, ਸਰੀਰ ਅਰੋਗਤਾ ਵੀ ਚਾਹੀਦੀ ਹੈ। ਪਰ ਜਿੱਦਣ ਕਿਤੇ ਗੱਲ ਰੱਬ ਦੇ ਮੰਗਣ ਦੀ ਆ ਜਾਵੇ ਸਾਧ ਸੰਗਤ, ਉਸ ਦਿਨ ਫਿਰ ਧਨ ਨਹੀਂ ਮੰਗਣਾ, ਸੰਸਾਰੀ ਵਸਤੂ ਇਸ ਕਰਕੇ ਨਹੀਂ ਮੰਗਣੀ ਮਹਾਰਾਜ, ਜੋ ਮੈਂ ਮੰਗਾਂਗਾ ਉਹ ਖਤਮ ਹੋ ਜਾਣੀ ਹੈ। ਜੇ ਤੁਸੀਂ ਮੈਨੂੰ ਅੱਜ ਪੁੱਛਦੇ ਹੋ ਵੀ ਜੋ ਤੂੰ ਆਖੇ ਤੈਨੂੰ ਉਹ ਮਿਲ ਜਾਵੇਗਾ, ਫਿਰ ਮੈਂ ਇਹ ਗੱਲ ਆਖਾਂਗਾ ਵਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ ਗੁਰਵਣ ਤ੍ਰਿਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ। ਬਾਬਾ ਕਾਲੂ ਜੀ ਕਹਿਣ ਲੱਗੇ ਹੇ ਪ੍ਰਮਾਤਮਾ ਮੈਨੂੰ ਤੂੰ ਚਾਹੀਦਾ ਹੈ। ਸਾਧ ਸੰਗਤ, ਮਾਤਾ ਤ੍ਰਿਪਤਾ ਜੀ ਦੀ ਪਵਿੱਤਰ ਕੁੱਖ ਹੈ,
ਸਤਿਕਾਰਯੋਗ ਬਾਬਾ ਕਾਲੂ ਜੀ ਜਿਹੜੀ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਦੇ ਹਨ। ਧੰਨ ਬਾਬਾ ਕਾਲੂ ਜੀ ਜਿੱਥੇ ਮੰਗਦੇ ਹਨ ਉੱਥੇ ਪਰਮਾਤਮਾ ਨੇ ਸੰਸਾਰ ਦੇ ਸੰਤ ਮਹਾਂਪੁਰਸ਼ਾਂ ਦੀ ਕਿਰਤੀਆਂ ਦੀ ਪੁਕਾਰ ਸੁਣੀ ਤੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਸਾਹਿਬ ਜੀ ਨੂੰ ਇਸ ਜਗਤ ਦੇ ਵਿੱਚ ਉਸ ਪਰਮਾਤਮਾ ਨੇ ਭੇਜਿਆ ਸਤਸੰਗ ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਕਹਿਣ ਲੱਗੇ ਯਾਦ ਰੱਖੋ ਸਤਿਗੁਰੂ ਜੀ ਨੇ ਨਿਮਰਤਾ ਸਿਖਾਈ ਹੈ। ਸਤਿਗੁਰੂ ਸਾਹਿਬ ਜੀ ਨੇ ਆਪਣੇ ਅੰਦਰ ਪ੍ਰਵੇਸ਼ ਕਰਨ ਵਾਸਤੇ ਗੁਰੂ ਦੀਖਿਆ ਦਿੱਤੀ ਹੈ। ਇੱਕ ਥਾਂ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਸੰਸਾਰ ਤੇ ਆਏ ਸਨ ਇੰਨਾ ਕੁ ਸਮਾਜ ਵੰਡਿਆ ਪਿਆ ਸੀਗਾ ਸਾਧ ਸੰਗਤ। ਭਾਈ ਸਾਹਿਬ ਕਹਿੰਦੇ ਇੱਥੇ ਇੱਕ ਪਾਸੇ ਚਾਰ ਵਰਨ ਹਨ, ਚਾਰ ਵਰਨ ਚਾਰ ਮਜ਼ਹਬਾਂ, ਜੱਗ ਵਿੱਚ ਹਿੰਦੂ ਮੁਸਲਮਾਨ। ਇੱਕ ਪਾਸੇ ਹਿੰਦੂਆਂ ਦੇ ਚਾਰ ਵਰਨ ਨੇ, ਮੁਸਲਮਾਨਾਂ ਦੇ ਚਾਰ ਮਜ਼ਹਬ ਨੇ। ਮੁੱਖ ਤੌਰ ਤੇ ਇਹ ਦੋ ਕੌਮਾਂ ਸਨ, ਇੱਕ ਹਿੰਦੂ ਹੈ ਇੱਕ ਮੁਸਲਮਾਨ ਹੈ। ਕਰਦੇ ਕੀ ਹਨ ਭਾਈ ਸਾਹਿਬ ਜੀ ਕਹਿੰਦੇ ਖੁਦੀ ਬਖੀਲ ਤਕੱਬਰੀ ਖਿੰਚੋ ਤਾਣ ਕਰੇਣ ਤਿੰਘਾਣੇ। ਖੁਦੀ ਆਪਣੇ ਆਪ ਨੂੰ ਅੱਗੇ ਰੱਖਣਾ ਕਿ ਮੈਂ ਆਗੂ ਹਾਂ, ਹਰ ਕੰਮ ਦੇ ਵਿੱਚ ਬਿਨਾਂ ਗੁਣਾ ਤੋਂ ਕਹਿਣਾ ਕਿ ਮੈਂ ਆਗੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਸਾਨੂੰ ਰੱਬ ਕਿਉਂ ਨਹੀਂ ਦਿਸਦਾ। ਸਾਹਿਬ ਕਹਿੰਦੇ ਤੇਰੇ ਅੰਦਰ ਹਉਮੈ ਹੈ ਜਿਸ ਦੇ ਕਾਰਨ ਰੱਬ ਨਹੀਂ ਦਿਸਦਾ। ਅਸੀਂ ਉਹ ਸ਼ਬਦ ਪੜ੍ਹਦੇ ਹਾਂ ਸਤਿਗੁਰੂ ਜੀ ਦਾ ਖੁਦੀ ਮਿੱਟੀ ਤਬ ਸੁਖ ਪਏ। ਜਦੋਂ ਅੰਦਰ ਦਾ ਹੰਕਾਰ ਖਤਮ ਹੋਵੇਗਾ ਸੁਖ ਉਦੋਂ ਮਿਲੇਗਾ ਸਾਸ। ਖੁਦੀ ਮਿੱਟੀ ਤਬ ਸੁਖ ਪਏ ਮਨ ਤਨ ਭਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ। ਫਿਰ ਉਹ ਪਰਮਾਤਮਾ ਸਾਡੇ ਨਜ਼ਰਾਂ ਸਾਹਮਣੇ ਖਲੋ ਜਾਵੇਗਾ ਜਿਹੜਾ ਸੱਚਮੁੱਚ ਉਸਤਤ ਕਰਨ ਦੇ ਯੋਗ ਹੈ, ਜਿਹਦੀ ਅਸੀਂ ਖੁਸ਼ਾਮਦ ਨਹੀਂ ਕਰਦੇ, ਜਿਹੜਾ ਕਿ ਸੱਚਮੁੱਚ ਜੇ ਉਹ ਪ੍ਰਤਪਾਲਕ ਹੈ, ਜੇ ਉਹਦਾ ਨਾਂ ਪ੍ਰਤਪਾਲ ਹੈ ਤੇ ਸਾਡੇ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ, ਯੋਗ ਹੈ ਉਹ। ਸਭ ਕਹਿੰਦੇ ਯਾਦ ਰੱਖਿਓ ਖੁਦੀ ਬਖੀਲ, ਬਖੀਲ ਕਹਿੰਦੇ ਨੇ ਇੱਕ ਦੂਜੇ ਦੀ ਨਿੰਦਿਆ ਕਰਨੀ, ਚੁਗਲੀ ਕਰਨੀ। ਤੇ ਸਾਹਿਬ ਜੀ ਕਹਿੰਦੇ ਖੁਦੀ ਬਖੀਲ ਤਕੱਬਰੀ ਅੰਦਰ ਦਾ ਹੰਕਾਰ ਖਿੰਚੋ ਤਾਣ ਕਰੇਣ ਤਿੰਘਾਣੇ। ਲੋਕਾਂ ਦਾ ਸੁਭਾਅ ਸੀਗਾ ਖਿੱਚੋ ਤੂਈ ਪਈ ਹੋਈ ਸੀ, ਸਾਸ ਕਿਰਤ ਨਹੀਂ ਸੀ ਕਰਦੇ, ਲੋਕ ਇੱਕ ਦੂਜੇ ਨੂੰ ਲੁੱਟਦੇ ਸਨ, ਇੱਕ ਦੂਜੇ ਨੂੰ ਲੱਤਾਂ ਖਿੱਚ ਕੇ ਉਹਨੂੰ ਪਛਾਹ ਖਿੱਚਦੇ ਸਨ। ਖਿੰਚੋ ਤਾਣ ਕਰੇਣ ਤਿੰਘਾਣੇ ਧੱਕੇ ਕਰਦੇ ਸਨ ਲੋਕ, ਜ਼ਾਲਮ ਬਿਰਤੀ ਵਾਲੇ ਜਿਹੜੇ ਸਨ। ਤੇ ਕਹਿੰਦੇ ਕਿ ਯਾਦ ਰੱਖੋ ਜਿਹੜੇ ਇਹ ਖਿੱਚੋ ਤਾਣ ਕਰਨ ਵਾਲੇ ਸਨ, ਜਿਨ੍ਹਾਂ ਦੇ ਅੰਦਰ ਹੰਕਾਰ ਸੀਗਾ ਸਾਧ ਸੰਗਤ, ਉਹਨਾਂ ਦੇ ਦੋ ਅਸਥਾਨ ਸਨ। ਇੱਕ ਪਾਸੇ ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨ। ਇੱਕ ਗੰਗਾ ਤੇ ਇਸ਼ਨਾਨ ਕਰਨ ਵਾਲਾ ਹੈ, ਇੱਕ ਮੱਕੇ ਕਾਬੇ ਵਾਲੇ ਪਾਸੇ ਹਜ ਕਰਦਾ ਜਾ ਕੇ ਸਾਸ। ਮੱਕਾ ਕਾਬਾ ਮੁਸਲਮਾਨੇ, ਭਾਈ ਸਾਹਿਬ ਜੀ ਕਹਿੰਦੇ ਸੁੰਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੁਬਾਣੇ। ਮੁਸਲਮਾਨ ਨੇ ਸਰੀਰ ਦੇ ਅੰਗ ਨੂੰ ਕੱਟਿਆ ਤੇ ਉਹਨੂੰ ਕਹਿ ਦਿੱਤਾ ਵੀ ਇਹ ਸੁੰਨਤ ਕਰ ਦਿੱਤੀ ਹੈ, ਇਹ ਪੱਕਾ ਮੁਸਲਮਾਨ ਹੋ ਗਿਆ। ਹਿੰਦੂ ਵੀਰ ਜਿਹੜੇ ਸਨ ਉਹ ਜੰਜੂ ਨਾਲ, ਜਨੇਊ ਨਾਲ ਬਹੁਤ ਪ੍ਰੇਮ ਕਰਨ ਲੱਗੇ, ਨਾਲ ਤਿਲਕ ਦੇ ਨਾਲ ਵੀ। ਤੇ ਸਾਹਿਬ ਜੀ ਕਹਿੰਦੇ ਰਾਮ ਰਹੀਮ ਕਹਾਏ ਦੇ। ਹਿੰਦੂ ਵੀਰ ਕਹਿੰਦੇ ਰਾਮ ਹੈ, ਮੁਸਲਮਾਨ ਕਹਿੰਦੇ ਰਹੀਮ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਵੇਂ ਰਾਮ ਕਹਿ ਲਓ ਤੇ ਭਾਵੇਂ ਰਹੀਮ ਕਹਿ ਲਓ, ਹੈ ਉਹ ਇੱਕੋ ਹੀ ਹੈ। ਰਾਮ ਰਹੀਮ ਕਹਾਏ ਦੇ, ਇੱਕ ਨਾਮ ਉਹਦਾ ਨਾਮ ਇਕੱਲਾ ਹੀ ਹੈ। ਅਸੀਂ ਜਲ ਛੱਕਦੇ ਸਾਸ, ਉਹਨੂੰ ਕੋਈ ਵਾਟਰ ਕਹਿ ਲੈਂਦਾ, ਕੋਈ ਉਸਨੂੰ ਪਾਣੀ ਕਹਿ ਲੈਂਦਾ, ਕੋਈ ਇਸ ਤਰਲ ਪਦਾਰਥ ਨੂੰ ਆਪ ਕਹਿ ਲੈਂਦਾ ਸਾਸ। ਗਿਆਨੀ ਪੁਰਸ਼ ਜਿਹੜੇ ਉਹ ਜਲ ਕਹਿ ਲੈਂਦੇ ਆਪਾਂ, ਤੇ ਹੈ ਕੀ ਹੈ ਜੀ ਉਹ ਜਲ? ਉਹ ਉਹੋ ਹੀ ਹੈ ਜਿਹੜਾ ਸਾਨੂੰ ਜ਼ਿੰਦਗੀ ਦੇਵੇ। ਉਹਨੂੰ ਮੁਸਲਮਾਨ ਪੀ ਲਵੇ, ਉਹਨੂੰ ਹਿੰਦੂ ਵੀਰ ਪੀ ਲਵੇ, ਉਹਨੂੰ ਪੰਛੀ ਪੀ ਲੈਣ, ਉਹ ਜਲ ਬਿਨ ਸਾਖ ਕਮਲਾਵਤੀ ਉਪਜੈ ਨਾਹੀ ਦਾਮ। ਇਸ ਪਾਣੀ ਤੋਂ ਬਿਨਾਂ ਬਨਸਪਤੀ ਵੀ ਕਮਲਾ ਜਾਂਦੀ ਸਾਸ। ਜਿੱਦਾਂ ਪਾਣੀ ਦੇ ਵੱਖਰੇ ਵੱਖਰੇ ਨਾਮ ਹਨ, ਹੈ ਉਹ ਇੱਕੋ ਹੀ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਨਾਂ ਵੱਖਰੇ ਪਾ ਦਿੱਤੇ ਪਰ ਹੈ ਉਹ ਹੀ ਹੈ।
ਜਿਹਦੇ ਉੱਤੋਂ ਆਪਾਂ ਸਾਰੇ ਪੈਦਾ ਹੋਏ ਹਾਂ ਅਤੇ ਜਦੋਂ ਉਸ ਪਰਮਾਤਮਾ ਤੋਂ ਪੈਦਾ ਹੋ ਕੇ ਆਪਾਂ ਲੀਨ ਹੋਵਾਂਗੇ ਅਤੇ ਮੁਸਲਮਾਨ ਹੋਵੇ ਭਾਵੇਂ ਹਿੰਦੂ ਹੋਵੇ, ਜਾਣਾ ਉਹਨੇ ਉੱਥੇ ਹੀ ਹੈ ਜਿੱਥੇ ਉਸ ਏਕ ਦਾ ਵਾਸ ਹੈ। ਅਨੇਕ ਹੈ ਫਿਰ ਏਕ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਰਾਮ ਕਹਿੰਦੇ ਉਹ ਰਹੀਮ ਕਹਿੰਦੇ ਅਸਲੀਅਤ ਕੀ ਹੈ? ਰਾਮ ਰਹੀਮ ਕਹਾਏ ਦੇ ਇੱਕ ਨਾਮ ਦੇ ਰਾਹ ਭੁਲਾਣੇ, ਬੇਦ ਕਤੇਬ ਭੁਲਾਏ ਕੈ ਮੋਹੇ ਲਾਲਚ ਦੁਣੀ ਸ਼ਤਾਣੇ। ਅਸਲ ਦੇ ਵਿੱਚ ਨਾ ਅੰਦਰੋਂ ਉਹ ਵੇਦਾਂ ਦਾ ਸਤਿਕਾਰ ਕਰਦੇ, ਨਾ ਉਹ ਕਿਤਾਬਾਂ ਦਾ ਸਤਿਕਾਰ ਕਰਦੇ, ਧਾਰਮਿਕ ਗ੍ਰੰਥ ਦੀ ਆੜ ਹੇਠ ਅਸਲ ਵਿੱਚ ਅੰਦਰ ਲਾਲਚ ਹੈ। ਕਿਉਂਕਿ ਬਾਬਾ ਕਬੀਰ ਸਾਹਿਬ ਦੇ ਬਚਨ ਹਨ, ਕਹਿੰਦੇ ਜਿੰਨਾ ਸਮਾਂ ਤੁਸੀਂ ਇਹਨਾਂ ਲੋਕਾਂ ਵਾਲੇ ਪਾਸੇ ਧਾਰਮਿਕ ਗ੍ਰੰਥਾਂ ਦੀ ਚਰਚਾ ਕਰਕੇ ਝਗੜਾ ਖੜਾ ਕਰਦੇ ਹੋ, ਜੇ ਤੁਸੀਂ ਇੱਕ ਸਕਿੰਟ ਮਾਤਰ ਵੀ ਜੋ ਇਹਨਾਂ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ ਇੱਕ ਪ੍ਰਮਾਤਮਾ ਦੇ ਨਾਲ ਸੁਰਤ ਜੋੜ ਲਓ, ਤੁਹਾਨੂੰ ਹਾਜ਼ਰ ਹਜ਼ੂਰ ਖੁਦਾ ਦਿਸ ਪਵੇਗਾ। ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋਕ। ਟੁੱਕ ਦਾ ਮਤਲਬ ਇੱਕ ਸਕਿੰਟ ਵਾਸਤੇ, ਅੱਖ ਚਮਕਣ ਦੇ ਸਮੇਂ ਵਾਸਤੇ ਤੁਸੀਂ ਵਾਹਿਗੁਰੂ ਦੇ ਸ਼ਬਦ ਨਾਲ ਸੁਰਤ ਜੋੜ ਕੇ ਵੇਖੋ। ਟੁੱਕ ਦਮ ਕਰਾਰੀ ਜੋ ਕਰੋ ਕੀ ਹੋਵੇਗਾ ਇਹਦੇ ਨਾਲ? ਸਭ ਕਹਿੰਦੇ ਹਾਜ਼ਰ ਹਜ਼ੂਰ ਖੁਦਾਏ। ਫਿਰ ਆਖਿਆ ਦੂਜਿਆਂ ਦੀ ਟੈਨਸ਼ਨ ਸਿਰ ਤੇ ਨਾ ਲੈ। ਸਾਹਿਬ ਜੀ ਕਹਿੰਦੇ ਤੇਰਾ ਇੱਕ ਫਰਜ਼ ਹੈ ਕੀ? ਸਭ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹੇ ਬੰਦੇ, ਬੰਦੇ ਦਾ ਅਰਥ ਹੁੰਦਾ ਗੁਲਾਮ। ਮੈਂ ਉਸ ਵਾਹਿਗੁਰੂ ਦਾ ਗੁਲਾਮ ਹਾਂ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ। ਇੱਥੇ ਅਸੀਂ ਭਾਈ ਲਛਮਣ ਦਾਸ ਜੀ ਜਿਹੜੇ ਹੋਏ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਸੀਗਾ ਵੀ ਤੂੰ ਕੌਣ ਹੈ? ਕਹਿੰਦਾ ਮਹਾਰਾਜ ਮੈਂ ਤੁਹਾਡਾ ਬੰਦਾ ਵਾਂ, ਮੈਂ ਤੁਹਾਡਾ ਗੁਲਾਮ ਹਾਂ। ਸਭ ਕਹਿੰਦੇ ਤੂੰ ਵੀ ਵਾਹਿਗੁਰੂ ਦਾ ਗੁਲਾਮ ਹੈ, ਕੇਵਲ ਤੇ ਕੇਵਲ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਸੁਰਤ ਜੋੜ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹੇ ਬੰਦੇ, ਹੇ ਇਨਸਾਨ, ਆਪਣੇ ਦਿਲ ਦੇ ਅੰਦਰ ਖੋਜ ਕਰਕੇ ਵੇਖ, ਪਰਮਾਤਮਾ ਤੇਰੇ ਹਿਰਦੇ ਅੰਦਰ ਬੈਠਾ ਹੋਇਆ, ਤੇਰੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਮਹਾਰਾਜ ਕਹਿੰਦੇ ਆਪ ਛੋੜ ਬੇਨਤੀ ਕਰੋ, ਹੋਏਗਾ ਕੀ ਸਾਧ ਸੰਗ ਅਗਨ ਸਾਗਰ ਤਰੋ। ਬੰਦੇ ਖੋਜ ਦਿਲ ਹਰ ਰੋਜ਼, ਅਸੀਂ ਰੋਜ਼ ਪੜ੍ਹਦੇ ਆ ਕੇ ਮਹਾਰਾਜ ਰੱਬ ਕਿੱਥੋਂ ਮਿਲੇਗਾ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਬ ਦਾ ਰੂਪ ਬੈਠੇ ਹੋਏ ਨੇ, ਮਹਾਰਾਜ ਦਿਸਦਾ ਕਿਉਂ ਨਹੀਂ ਹੈ? ਸਾਹਿਬ ਕਹਿੰਦੇ ਤੇਰੇ ਵਿੱਚ ਕਮੀ ਹੈ, ਤੂੰ ਹੋਰਨਾਂ ਦੇ ਨੇੜੇ ਤੇ ਬਹਿਨਾ ਪਰ ਤੂੰ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨਹੀਂ ਹੋਊਗਾ। ਸਤਸੰਗਤ ਕੋਈ ਅਮੀਰ ਬੰਦਾ ਆ ਜਾਵੇ, ਆਉਣ ਤੋਂ ਪਹਿਲਾਂ ਆਪਾਂ ਉੱਥੇ ਇਕੱਤਰਤਾ ਵਧਾ ਦਿੰਦੇ ਹਾਂ। ਕੋਈ ਅਮੀਰ ਬੰਦਾ ਆਉਣਾ ਹੋਵੇ, ਤਾਕਤਵਰ ਬੰਦਾ ਆਉਣਾ ਹੋਵੇ, ਅਸੀਂ ਆਉਣ ਤੋਂ ਪਹਿਲਾਂ ਇਕੱਤਰਤਾ ਵਧਾ ਦਿੰਦੇ ਹਾਂ। ਸਾਡੇ ਸਾਰਿਆਂ ਦੇ ਮਨਾਂ ਵਿੱਚ ਖੁਸ਼ੀਆਂ ਹੁੰਦੀਆਂ ਨੇ। ਅੱਜ ਭਾਵੇਂ ਕੋਈ ਮੌਤ ਦਾ ਪ੍ਰੋਗਰਾਮ ਹੋਵੇ, ਭਾਵੇਂ ਖੁਸ਼ੀ ਦਾ ਪ੍ਰੋਗਰਾਮ ਹੋਵੇ, ਇਹ ਸਮੁੱਚਾ ਪੰਥ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਨੂੰ ਸੀਸ ਝੁਕਾ ਕੇ ਕੇਵਲ ਗੁਰੂ ਨਾਨਕ ਸਾਹਿਬ ਦੀ ਗੱਲ ਕਰ ਰਿਹਾ, ਕਿਉਂਕਿ ਸ਼ਤਾਬਦੀ ਮਨਾਈ ਜਾ ਰਹੀ ਹੈ। 550 ਸਾਲ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਹਰ ਨਗਰ ਵਿੱਚ, ਹਰ ਘਰ ਵਿੱਚ ਚਾਹ ਮੁਲਾਰ ਹੋਣਾ ਚਾਹੀਦਾ ਹੈ। ਇੱਦਾਂ ਦੇ ਸਮਾਗਮ ਹੋਣ ਤੇ ਇਕੱਤਰਤਾ ਠਾਠਾਂ ਮਾਰਦੀ ਹੋਣੀ ਚਾਹੀਦੀ ਸਾਧ ਸੰਗਤ। ਕਿਉਂ? ਕਿਉਂਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ, ਇਦੋਂ ਵੱਡਾ ਸਮਾਂ ਸਾਡੀ ਜ਼ਿੰਦਗੀ 'ਚ ਕਿੱਥੇ ਆਉਣਾ? ਸਾਸ ਮੈਨੂੰ ਕੋਈ ਆਖੇ ਤੂੰ ਗਿਆਨੀ ਆ, ਮੈਂ ਮੰਨ ਲਵਾਂਗਾ ਕਿ ਮੈਂ ਗਿਆਨੀ ਨਹੀਂ ਹਾਂ। ਮੈਨੂੰ ਕੋਈ ਆਖੇ ਵੀ ਤੂੰ ਧਿਆਨ ਵੀ ਲਾ ਲੈਣਾ ਹੈ, ਮੈਂ ਮੰਨ ਲਵਾਂਗਾ ਭਾਈ ਤੇਰੀ ਸੰਪਰਦਾ ਦੇ ਮੁਤਾਬਕ ਮੈਂ ਧਿਆਨ ਨਹੀਂ ਲਾ ਸਕਦਾ। ਮੈਂ ਗਿਆਨੀ ਵੀ ਨਹੀਂ ਹਾਂ, ਮੈਂ ਧਿਆਨੀ ਵੀ ਨਹੀਂ ਹਾਂ, ਪਰ ਇੱਕ ਗੱਲ ਮੈਂ ਕਹਿੰਦਾ, ਮੇਰੇ ਕੋਲ ਗਿਆਨ ਨਹੀਂ, ਧਿਆਨ ਨਹੀਂ, ਪਰ ਮੈਨੂੰ ਫਖਰ ਹੈ ਆਪਣੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉੱਤੇ। ਬੇਸ਼ੱਕ ਮੈਂ ਗਿਆਨੀ ਨਹੀਂ, ਧਿਆਨੀ ਨਹੀਂ, ਧਰਮ ਦੇ ਮੈਂ ਕਰਮ ਵੀ ਕਰਨੇ ਨਹੀਂ ਜਾਣਦਾ, ਪਰ ਮੈਂ ਜਿਹਦੇ ਗਾੜੀ ਅਰਦਾਸ ਕਰਦਾ ਨਾ, ਉਹ ਮੇਰਾ ਮਾਲਕ ਐਡਾ ਵੱਡਾ ਹੈ, ਮੈਂ ਹੱਥ ਜੋੜ ਕੇ ਕਹਿੰਦਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਮੈਂ ਅਰਦਾਸ ਕਰਦਾ ਉਹਦੇ ਗਾੜੀ, ਮੈਂ ਪ੍ਰਵਾਨ ਕਰਦਾ ਮੈਂ ਗਿਆਨੀ ਧਿਆਨੀ ਕੁਝ ਨਹੀਂ ਹਾਂ, ਪਰ ਮੈਂ ਇਹ ਗੱਲ ਕਹਾਂਗਾ, ਗਿਆਨ ਧਿਆਨ ਕਿਸ ਕਰਮ ਨਾ ਜਾਣਾ,
सार ना जाना तेरी। ते अगला शब्द है सब ते वड्डा सतगुर नानक जिन कल राखी मेरी। मैं उस गुरु साहब जी नूं सजदा करदा नमस्कार करदा। बाबा जी कहिंदे हन बंदे खोज दिल हर रोज। गुरु गोबिंद सिंह महाराज कहिंदे तू गुरु ग्रंथ साहब तो परे बहना जाके तैनूं रब दे दर्शन कित्थों होणे आ। साहब जी कहिंदे नहीं जे तू रब दे दर्शन करने चाहुंदा हां ते साहब कहिंदे आग्या भई अकाल की तबे चलायो पंथ। ये किसी नाल ईरखा करके पंथ नहीं चलाया, अपनी शोभा वधाउण वास्ते पंथ नहीं चलाया। साहब कहिंदे सब सिखण को हुक्म है गुरु मान्यो ग्रंथ। साहब जी कहिंदे गुरु ग्रंथ जी मान्यो प्रगट गुरां की देह जो प्रभ को मिलबो चाहे खोज। शब्द मैले खोज कर तू खोजी उपजै वादी बिनसै। जिहड़ा वाद विवाद करदा उह खत्म हो जांदा। खैर मैं बेनती कर रिहा सी गुरु नानक साहिब महाराज जी दे आउण तों पहलां लोक बेशक धर्म ग्रंथां दी बड़ी उच्ची उच्ची आवाजां लाउंदे सन। असल विच गुरु नानक साहिब कहिंदे तुसां वेद नूं भुला दित्ता, तुसां किताबां नूं भुला दित्ता, तुहाडे अंदर भरोसा कोई नहीं है। कहानी इत्थे विगड़ी पई कि तुहाडा अंदर लोभी होया पिया है। वेद किताब भुलाए कै मोहे लालच दुनी शताने। अगे साहिब कहिंदे सच किनारे रह गया, सच ते इक पासे रह गया, खै मरदे बामण मौलाने। ये दोनों ही धिरां आपस दे विच जिहड़ियां ने ना खै खै के जिदां सासमत वास, जे वास चंदन दे नाल टकरा जावे ते कोई अग लगन दा खतरा नहीं सास, पर जदों वास वास दे नाल खिंदा अग उदों लगदी। ध्यान दे लैणा जट जमींदार जिहड़े ने दोवां दीआं वट्टां सांझीआं हुंदीआं, दोवें खिंदे रहिंदे अग दोवां च, केस दोवां दे लड़े जांदे आ। एक दी दुकान सांझी दूजे दी वी सांझी, दोवें एक दूजे दे नाल नहीं बोलदे हैगे। क्यों? क्योंकि बांस बिरती आपां धारण करके बैठे। महाराज कहिंदे बांस बिरती ना कर, पर हो की रिहा है? सच किनारे रह गया। महाराज कहिंदे सच ते इक पासे रह गया। गुरु नानक साहिब जी दे बचन आपां पढ़दे सात संगत, साहिब कहिंदे सच काल कूड़ वरतिया। साहिब कहिंदे सच दा काल पै गया, किते दाणियां दा काल पैंदा सीगा, अनाज दा काल पैंदा सीगा। धन गुरु नानक साहिब महाराज कहिंदे हे जगत दे लोको सच दा काल पै गया, कोई नहीं जे सच बोलदा। बाबा लालो जी दे घर दे विच बह के साहिब जी कहिंदे कि हे लालो याद रख कि ये शर्म भी खत्म हो गई, धर्म भी खत्म हो गया, ते कूड़ आगू बन गया, झूठ आगू बन चुका है। शर्म धर्म दो छप गलोए कूड़ फिरे प्रधान वे लालो। इत्थे ते प्रधान होना चाहिए गुरु ग्रंथ साहिब महाराज जी नूं समर्पित। पंच प्रवान पंच प्रधान पंचे पावे दरगे मान। कहिंदे इलतका नाउ चौधरी, जिहड़ा सब तो विगड़िया होया बंदा समुचा संसार आगू बनिया फिरदा, विगड़िया संसार हो गया। सच काल कूड़ वरतिया, महाराज कहिंदे कल कालख बेताल ते बीओ बीज पत लै गए। पर जिन्हां नाम दा बीज बीजिया भले समय दे विच समा जान के, साहब कहिंदे उहदी इज्जत दे नाल चले। असीं आखांगे नाम बीजण दा वी समा हुंदा जी, असीं आखांगे महाराज नाम दी बीजना करन दा वी समा हुंदा। महाराज बिलकुल कहिंदे नाम बीजण दा समा है। आ कणकां दी बिजाई हुण शुरू हो जाणी सात संग, ते कोई बंदा आखे मैं मई जून दे विच जा के कणक बीजणी है ना, बेशक जिन्ना मर्जी वधिया क्वालिटी दा बीज लिया के पा देवे इक दाणा नहीं उहनूं प्राप्त होणा। महाराज कहिंदे अब कलू आयो रे इक नाम बोवो बोवो अनरूत नाही नाही मत भरम भुलो भुलो। हुण वट्टै हर नाम ना बीजियो अगे भुखा क्या खाए। ते साहिब जी कहिंदे ने बीओ बीज पत लै गए अब क्यों उगवै दाल। ਵੀ ਸਾਰੀ ਜ਼ਿੰਦਗੀ ਤੇ ਵਾਹਿਗੁਰੂ ਜੀ ਦਾ ਨਾਮ ਜਪਿਆ ਨਹੀਂ, ਜ਼ਿੰਦਗੀ ਦਲ ਦਲ ਬਣ ਗਈ ਤੇਰੀ, ਦੁਫਾੜ ਹੋ ਗਈ ਜ਼ਿੰਦਗੀ। ਹੁਣ ਦੁਫਾੜ ਹੋਇਆ ਬੀਜ ਆਪਾਂ ਸਾਧ ਸੰਗਤ ਕਿਸੇ ਖੇਤ ਵਿੱਚ ਪਾ ਦਈਏ, 4 ਕਿਲੋ ਦੀ ਥਾਂ ਤੇ 16 ਕਿਲੋ ਕਨਾਲ ਦਾ ਪਾ ਦਈਏ, ਉੱਗੇਗਾ ਨਹੀਂ, ਫਸਲ ਨਹੀਂ ਹੋਵੇ। ਬੀਜ ਇੱਕ ਹੋਵੇ ਤੇ ਰੁੱਤ ਵੀ ਬਰਾਬਰ ਹੋਵੇ ਉੱਪਰ, ਫੇਰ ਫਸਲ ਮਿਲੇਗੀ। ਤੇ ਸਾਹਿਬ ਜੀ ਕਹਿੰਦੇ ਨੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ
ਤਨ ਖੇਤ ਨਾਮ ਬੀਜ ਕਿਉਂਕਿ ਵੱਤਰ ਲੱਗਾ ਹੁਣ ਤੇ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਤੇਰੇ ਕੋਲ ਹੁਣ ਸਮਾਂ ਮਹਾਰਾਜ ਕਹਿੰਦੇ ਨੇ ਨਾਮ ਦੀ ਬੀਜਣਾ ਕਰ ਅੱਜ ਸਤਿਗੁਰੂ ਮੇਰਾ ਕਿਉਂਕਿ ਸਮਾਂ ਹੋ ਚੱਲਿਆ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੀ ਉਸਤਤ ਦੇ ਵਿੱਚ ਵੀ ਸਵਈਏ ਉਚਾਰਨ ਲੱਗਿਆ ਪੱਟ ਸਾਹਿਬਾਨ ਕਹਿੰਦੇ ਨੇ ਕਿ ਮੈਂ ਉਸ ਵਾਹਿਗੁਰੂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਵਸਾਵੂ ਤੋ ਪਰਮ ਗੁਰੂ ਨਾਨਕ ਗੁਣ ਗਾਵੂ ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੂ ਮੈਂ ਇਕਾਗਰ ਚਿੱਤ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਸਤਤ ਕਰਦਾ ਕਿਉਂਕਿ ਦੁਫਾੜ ਹੋਇਆ ਤੇ ਬੀਜ ਹੀ ਨਹੀਂ ਉੱਗਦਾ ਤੇ ਜੇ ਦੁਫਾੜ ਹੋਇਆ ਬੀਜ ਨਹੀਂ ਉੱਗਦਾ ਫਿਰ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਦੁਫਾੜ ਹੋ ਕੇ ਕਿਉਂ ਉਸਤਤ ਕਰਾਂ ਤੁਸੀਂ 550 ਸਾਲ ਆਪਾਂ ਸਾਰੇ ਮਿਲ ਕੇ ਮਨਾ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਸਮਝੀਏ ਜਨੇਊ ਪਾਉਣ ਵਾਲਾ ਆਇਆ ਉਹਨੂੰ ਵੀ ਆਖਿਆ ਸੀਗਾ ਵੀ ਯਾਦ ਰੱਖ ਇਹਦੇ ਅਰਥ ਦੱਸ ਦੇ ਮੈਨੂੰ ਪਾਉਣ ਤੋਂ ਪਹਿਲਾਂ ਮੈਂ ਤੈਨੂੰ ਪੁੱਛਦਾ ਵਾਂ ਇਹ ਟੁੱਟੇਗਾ ਪੰਡਿਤ ਹਰਦਿਆਲ ਕਹਿੰਦਾ ਹਾਂ ਜੀ ਟੁੱਟੇਗਾ ਇਹ ਮੈਲਾ ਹੋਏਗਾ ਪੰਡਿਤ ਹਰਦਿਆਲ ਕਹਿੰਦਾ ਹਾਂ ਜੀ ਮੈਲਾ ਵੀ ਹੋਵੇਗਾ ਕਿ ਜਦੋਂ ਬੰਦਾ ਸਰੀਰ ਛੱਡਦਾ ਸੜੇਗਾ ਤੇ ਪੰਡਿਤ ਹਰਦਿਆਲ ਜੀ ਕਹਿੰਦੇ ਹਾਂ ਜੀ ਇਹ ਸੜੇਗਾ ਵੀ ਸਭ ਕਹਿੰਦੇ ਮੈਂ ਨਹੀਂ ਪਾਉਣਾ ਹੱਥ ਜੋੜ ਕੇ ਪੰਡਿਤ ਹਰਦਿਆਲ ਕਹਿੰਦਾ ਹੈ ਮਹਾਰਾਜ ਮੈਨੂੰ ਦੱਸ ਦਿਓ ਅੱਗੇ ਇੰਨਿਆਂ ਨੂੰ ਪੜ੍ਹਾਇਆ ਜੇ ਅੱਜ ਮੈਨੂੰ ਵੀ ਪੜ੍ਹਾ ਦਿਓ ਸਭ ਕਹਿੰਦੇ ਦਇਆ ਕਪਾਹਾ ਕਿਉਂਕਿ ਦਸਵੇਂ ਜਾਮੇ ਵਿੱਚ ਪਹਿਲਾਂ ਦਇਆ ਸਿੰਘ ਆਉਣਾ ਹੈ ਦਇਆ ਕਪਾਹਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ ਇਹ ਸਰੀਰ ਦਾ ਜਨੇਊ ਨਹੀਂ ਆ ਇਹ ਜਿੰਦ ਦਾ ਜਨੇਊ ਆ ਅੱਗੇ ਉਹਨੂੰ ਆਖਿਆ ਹਈ ਹੈਗਾ ਤੇਰੇ ਕੋਲੇ ਜਨੇਊ ਹਈ ਤਾਂ ਪਾਂਡੇ ਘੱਟ ਜੇ ਹੈਗਾ ਹੀ ਤੇ ਮੈਂ ਪਾਉਣ ਨੂੰ ਤਿਆਰ ਹਾਂ ਮੈਨੂੰ ਪਾ ਦੇ ਇਹ ਜਨੇਊ ਜਿਹੜਾ ਹੈ ਪੰਡਿਤ ਹਰਦਿਆਲ ਹੱਥ ਜੋੜ ਕੇ ਖਲੋ ਗਿਆ ਮਹਾਰਾਜ ਮੇਰੇ ਕੋਲੇ ਜਨੇਊ ਨਹੀਂ ਆ ਮੈਨੂੰ ਹੋਰ ਵਖਿਆਣ ਕਰਕੇ ਦੱਸੋ ਸਾਹਿਬ ਜੀ ਨੇ ਆਖਿਆ ਵੇਖ ਤੂੰ ਸਾਡੇ ਚੌਂਕੇ ਚ ਆਇਆ ਏਦਾਂ ਹੋਰਨਾਂ ਦੇ ਚੌਂਕਿਆਂ ਵਿੱਚ ਵੀ ਤੂੰ ਗਿਆ ਹੋਵੇਗਾ ਚਾਰ ਕੁ ਕੌਡੀਆਂ ਦਾ ਜਨੇਊ ਲੈ ਆਉਂਦਾ ਚੌਕੜ ਮੁੱਲ ਅਨਾਇਆ ਬਹਿ ਚੌਂਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਮੈਂ ਕਿਉਂ ਆਪਣੇ ਬੱਚਿਆਂ ਦੇ ਆਨੰਦ ਕਾਰਜ ਤੇ ਪੱਤਰੀ ਖਿਲਾਉਣ ਜਾਵਾਂ ਤੇ ਕੀ ਕਰਨਾ ਚਾਹੀਦਾ ਮੈਨੂੰ ਮਹਾਰਾਜ ਕਹਿੰਦੇ ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ ਏਕੰਕਾਰ ਨਾ ਮੰਨਿਆ ਪਤ ਉਪਜੈ ਸਾਲਾਹੀ ਸੱਚ ਸੂਤ ਦਰਗੇ ਅੰਦਰ ਪਾਈਏ ਤਾਗਣਾ ਟੂਟ ਸਪੂਤ ਧੰਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਨਾਲ ਜੋੜਿਆ ਨਾਲ ਮੇਰੇ ਸਾਹਿਬ ਜੀ ਸਾਨੂੰ ਕਹਿੰਦੇ ਹਨ ਕਿ ਜਿਹੜੀ ਕਿਤਾਬ ਧਿਆਨ ਦੇ ਲੈਣਾ ਜਿਹੜੀ ਕਿਤਾਬ ਸਾਨੂੰ ਪੜ੍ਹਨ ਲੱਗਿਆਂ ਸਾਡੇ ਗੁਰੂ ਤੇ ਸ਼ੱਕ ਪੈਦਾ ਕਰੇ ਉਸ ਕਿਤਾਬ ਨੂੰ ਮਾਰਕੀਟ ਚੋਂ ਖਰੀਦਿਓ ਨਾ ਉਹਨੂੰ ਹੱਥ ਨਾ ਪਾਇਓ ਉਹਨੂੰ ਪੜ੍ਹਿਓ ਨਾ ਜਿਹੜਾ ਬੰਦਾ ਸ਼ੱਕ ਪੈਦਾ ਕਰੇ ਉਸ ਬੰਦੇ ਦਾ ਉਹਦਾ ਸਾਥ ਨਾ ਕਰਿਓ ਧਿਆਨ ਦੇ ਲੈਣਾ ਦੁਬਦਾ ਨਾ ਪੜ੍ਹੋ ਗੁਰੂ ਨਾਨਕ ਸਾਹਿਬ ਦਾ ਸੋਠ ਰਾਗ ਵਿੱਚ ਬਚਣ ਹੈ ਮੈਂ ਦੁਬਦਾ ਵਿੱਚ ਨਹੀਂ ਪੈਂਦਾ ਅਥਵਾ ਮੈਂ ਦੋ ਰੁੱਖੀ ਚਾਲ ਵਾਲੀ ਪੁਸਤਕ ਕਦੇ ਵੀ ਨਹੀਂ ਪੜਾਂਗਾ ਜਿਹੜਾ ਗੁਰੂ ਅੱਜ ਕਿੰਨੇ ਸਾਨੂੰ ਸ਼ੱਕ ਦੇ ਅਧੀਨ ਵਿੱਚ ਕੋਈ ਕਹਿੰਦਾ ਜੀ ਮਾਈ ਭਾਗੋ ਦਾ ਇਤਿਹਾਸ ਕੋਈ ਕੁਝ ਕਹਿੰਦਾ ਹੈ ਮੈਂ ਕਹਿੰਦਾ ਸੂਰਜ ਪ੍ਰਕਾਸ਼ ਨੂੰ ਪੜ੍ਹੋ ਨੀਯਤ ਸਾਫ਼ ਕਰਕੇ ਪੜ੍ਹੋ ਕੰਮ ਹੀ ਬੰਦਾ ਤੇ ਕੱਪੜਿਆਂ ਦੇ ਵਿੱਚੋਂ ਦੀ ਵੀ ਅਗਲੇ ਦਾ ਤਨ ਵੇਖਣ ਨੂੰ ਤਿਆਰ ਹੋ ਜਾਂਦਾ ਜੀ ਕੰਮ ਹੀ ਬੰਦੇ ਦੀ ਗੱਲ ਛੱਡੋ ਤੁਸੀਂ ਦੁਬਦਾ ਨਾ ਪੜ੍ਹੋ ਹਰ ਬਿਨ ਹੋਰ ਨਾ ਕੁਝ ਰੋਜ਼ ਆਪਾਂ ਪੜ੍ਹਦੇ ਹਾਂ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨੇ ਅੱਖ ਦੇ ਥੱਲੇ ਨਹੀਂ ਮੈਂ ਲਿਆਵਾਂਗਾ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਬੇਸ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣੇ ਇੰਨਾ ਭਰੋਸਾ ਮਹਾਰਾਜ ਕਿੱਥੋਂ ਆ ਗਿਆ ਸਾਹਿਬ ਕਹਿਣ ਲੱਗੇ ਹੇ ਪ੍ਰਮਾਤਮਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਸਿਮਰਤ ਸ਼ਾਸਤਰ ਬੇ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨੇ ਇਹ ਸਾਰਾ ਕੁਝ ਤੁਸਾਂ ਭਰੋਸਾ ਦਿੱਤਾ ਹੈ ਪਰ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਆਪਣੀ ਅੱਖ ਦੇ ਥੱਲੇ ਨਹੀਂ ਲੈ ਕੇ ਆਵਾਂਗਾ ਇਸ ਕਰਕੇ ਗੁਰੂ ਕਾ ਸਿੱਖ ਜਿਹੜਾ ਹੈ ਉਹ ਜ਼ਿੰਦਗੀ ਜਿਉਂਦਾ ਗੁਰੂ ਨਾਨਕ ਨੂੰ ਸਮਰਪਿਤ ਹੋ ਕੇ ਭਾਈ ਸਾਹਿਬ ਜੀ ਨੇ ਅਲਾਊਸਮੈਂਟ ਕਰਨ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਕੀਤੀ ਕਿ ਦਾਸ ਏਅਰਪੋਰਟ 'ਤੇ ਹੈ ਠੀਕ ਮੈਂ ਏਅਰਪੋਰਟ 'ਤੇ ਇਹ ਸੇਵਾ ਨਿਭਾ ਰਿਹਾ ਜੀ ਤੇ ਜਦੋਂ ਮੈਂ ਏਅਰਪੋਰਟ ਦੇ ਸਥਾਨ ਵਾਲੇ ਪਾਸੇ ਵੇਖਦਾ ਮੈਂ ਵਿਦੇਸ਼ ਚੱਲਿਆ ਸਾਂ ਤੇ ਏਅਰਪੋਰਟ ਦੇ ਅੰਦਰ ਗੁਰਸਿੱਖ ਬੈਠੇ ਸਨ ਮੇਰੇ ਲਾਗੇ ਮੇਰਾ ਇੱਕ ਧਰਮ ਹੈ ਸਟੇਜ ਤੇ ਵੀ ਜਿੱਥੇ ਗੱਲ ਕਰਨੀ ਹੈ
ਏਅਰਪੋਰਟ ਦੇ ਉਸ ਜਹਾਜ਼ ਦੇ ਅੰਦਰ ਸਿੱਖ ਬੈਠੇ ਸਨ। ਮੈਂ ਉਹਨਾਂ ਨੂੰ ਬਾਹ ਫੜ ਕੇ ਕਹਿੰਦਾ ਸਾਂ ਇਹ ਸ਼੍ਰੀ ਗੁਰੂ ਰਾਮਦਾਸ ਦਾ ਏਅਰਪੋਰਟ ਹੈ, ਯਾਦ ਰੱਖਿਓ ਤੁਹਾਨੂੰ ਦੁਨੀਆ ਭਰ ਦੇ ਏਅਰਪੋਰਟ ਦੇ ਅੰਦਰ ਗੁਰਦੁਆਰਾ ਨਜ਼ਰ ਨਹੀਂ ਆਵੇਗਾ। ਆ ਜੇ ਸਾਹਮਣੇ ਗੁਰਦੁਆਰਾ, ਕਿਸੇ ਨੂੰ ਸ਼ੱਕ ਹੋਵੇ ਗੁਰੂ ਨਾਨਕ ਸਾਹਿਬ ਜੀ ਦੀ ਤਾਕਤ ਦੇ ਉੱਤੇ, 1980 ਦੇ 1880 ਵਿੱਚ ਮਹਾਂਪੁਰਸ਼ ਬਾਬਾ ਜਵੰਤ ਸਿੰਘ ਜੀ ਦਾ ਜਨਮ ਹੁੰਦਾ ਜੀ, 1922 ਵਿੱਚ ਚਲਾਣਾ ਕਰਦੇ ਜੇ ਕਿੰਨਾ ਕੁ ਸਮਾਂ ਹੋਇਆ ਕਿਤੇ, ਪ੍ਰਤੱਖ ਤਾਕਤ ਸਾਹਮਣੇ ਆ। ਉਹ ਭਗਤ ਜਿਹਦਾ ਕਦੇ ਘਰ ਵੀ ਨਹੀਂ ਸੀ ਹੈਗਾ, ਪੈਰੀ ਪਾਉਣ ਵਾਸਤੇ ਜੋੜਾ ਵੀ ਨਹੀਂ ਸੀ ਹੈਗਾ, ਜਦੋਂ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਤੱਖ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਜਿਹਦੇ ਕੋਲ ਕਦੇ ਜੋੜਾ ਨਹੀਂ ਸੀ, ਅੱਜ ਉਹ ਏਅਰਪੋਰਟ ਦਾ ਮਾਲਕ ਬਣਿਆ ਸਾਹਸੀ। ਦੁਨੀਆ ਭਰ ਦੇ ਵਿੱਚ ਇੱਕ ਇਕਲੌਤਾ ਏਅਰਪੋਰਟ ਹੈ ਜਿਸ ਦੇ ਅੰਦਰ ਚੌਂਕੜਾ ਲਾ ਕੇ ਮਹਾਂਪੁਰਸ਼ ਬਾਬਾ ਜਵੰਤ ਸਿੰਘ ਜੀ ਬਿਰਾਜਮਾਨ, ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ। ਭਲਿਓ ਆਪਾਂ ਗੁਰੂ ਨਾਨਕ ਦੇ ਸਿੱਖ ਹਾਂ, ਸਤਿਗੁਰੂ ਹਮੇਸ਼ਾ ਸਾਡੇ ਅੰਗ ਸੰਗ ਹੈ। ਦੋ ਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ। ਇਹ ਪਰ ਪਹਿਲੀ ਵਾਰ ਪਤਾ ਨਹੀਂ ਲੱਗੇਗਾ, ਇਹ ਭਰੋਸੇ ਨਾਲ ਬਾਣੀ ਪੜਾਂਗੇ। ਜਦੋਂ ਸ਼ੁਰੂਆਤ ਕਰਾਂਗੇ ਨਾ, ਉਦੋਂ ਸਾਹਿਬ ਕਹਿੰਦੇ ਕੱਚੇ ਪਿੱਲਿਆਂ ਨੂੰ ਪਹਿਲਾਂ ਹੀ ਭਜਾ ਦਿਓ, ਚੰਗੀ ਗੱਲ ਹੈ, ਕਿਉਂਕਿ ਕੱਚੜਿਆਂ ਸਿਓਂ ਤੋੜ ਢੂੰਡ ਸੱਜਣ ਸੰਤ ਪੱਕਿਆ। ਸਤਿਗੁਰੂ ਸਾਹਿਬ ਜੀ ਪਹਿਲੀ ਪੰਕਤੀ ਵਿੱਚ ਕਹਿੰਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ, ਜਿਹਨੂੰ ਤੂੰ ਨਮਸਕਾਰ ਕਰਨ ਲੱਗਾ ਏ ਉਹ ਦਿਸਦਾ ਕੁਝ ਨਹੀਂ ਉਹ ਕੱਲ ਨੂੰ, ਕਿਉਂਕਿ ਤੇਰੀ ਆਦਤ ਹੈ ਕਾਗਜ਼ ਦੀ ਤਸਵੀਰ ਨੂੰ ਮੱਥਾ ਟੇਕਣਾ, ਪੱਥਰ ਦੀ ਮੂਰਤ ਨੂੰ ਮੱਥਾ ਟੇਕਣਾ, ਜਾਂ ਕਿਸੇ ਬੰਦੇ ਦੇ ਵਾਲ ਵਿੱਚ ਆ ਕੇ ਉਹਨੂੰ ਮੱਥਾ ਟੇਕਣਾ, ਗੋਡੇ ਘੁੱਟਣਾ, ਤੇਰੀ ਆਦਤ ਹੈ। ਪਰ ਸੱਚ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਉਹਨੂੰ ਨਮਸਕਾਰ ਕਰਨ ਵਾਲਿਆ ਉਹਦਾ ਕੋਈ ਚੱਕਰ ਚੇਨ ਨਹੀਂ, ਸ਼ੁਰੂਆਤ ਹੈ ਸਾਧ ਸੰਗਤ। ਪਰ ਭਰੋਸੇ ਵਾਲਾ ਸਿੱਖ ਫਿਰ ਵੀ ਕਹਿੰਦਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਜਿਉਂ ਜਿਉਂ ਅਸੀਂ ਇੱਕ ਇੱਕ ਛੰਦ ਪੜ੍ਹਦੇ ਜਾਂਦੇ ਹਾਂ, ਸਤਿਗੁਰੂ ਦਿਆਲ ਹੋ ਕੇ ਸਾਡੇ ਸਾਹਮਣੇ ਕਹਿੰਦੇ ਹੁਣ ਤੂੰ ਦੂਰ ਨਹੀਂ, ਹੁਣ ਤੂੰ ਉਹਦੀ ਗੋਦ ਵਿੱਚ ਆ ਕੇ ਬਹਿ ਗਿਆ ਹੈ, ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਹਮੇ ਸੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ। ਹੁਣ ਤੂੰ ਉਹਦੀ ਗੋਦ ਵਿੱਚ ਬੈਠਾ ਹੈ, ਹੁਣ ਤੂੰ ਡੋਲੀ ਨਾ, ਕਿਉਂ ਸਤਿਗੁਰੂ ਜੀ ਕਹਿੰਦੇ ਦੋ ਕਾਲੰ ਪ੍ਰਨਾਸੀ, ਦੋ ਕਾਲ ਜੰਮਣਾ ਤੇ ਮਰਨਾ, ਇਹਨਾਂ ਦੋਵਾਂ ਨੂੰ ਖਤਮ ਕਰਨ ਵਾਲਾ ਵਾਹਿਗੁਰੂ ਹੈ। ਦੋ ਕਾਲੰ ਪ੍ਰਨਾਸੀ ਦਿਆਲੰ ਸਰੂਪੇ, ਉਹ ਦਿਆ ਦਾ ਸਰੂਪ ਹੈ, ਹਮ ਸਰ ਦੀਨ ਦਿਆਲ ਨਾ ਤੁਮ ਸਰ। ਦੋ ਕਾਲੰ ਪ੍ਰਨਾਸੀ ਦਿਆਲੰ ਸਰੂਪੇ, ਤੇ ਸਾਹਿਬ ਕਹਿੰਦੇ ਸਦਾ ਅੰਗ ਸੰਗੇ ਅਭੰਗੰਗ ਬਿਪੂਤੇ, ਉਹ ਸਦਾ ਸਾਡੇ ਅੰਗ ਸੰਗ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਮਨ ਸੁੱਖ ਦਾ ਡੁੱਬਦਾ ਜਹਾਜ਼ ਤਾਰਦੇ ਨੇ ਡੁੱਬ ਚੱਲਿਆ ਸੀਗਾ, ਸਤਿਗੁਰੂ ਦੇ ਨਾਲ ਸਨ, ਤੁਲਸਾ ਦਾਸੀ ਨੇ ਦਰਸ਼ਨ ਕਰ ਲਏ। ਸਤਿਗੁਰੂ ਜੀ ਮਨ ਸੁੱਖ ਦਾ ਡੁੱਬਦਾ ਜਹਾਜ਼ ਤਾਰਦੇ ਪਏ ਨੇ, ਇੱਥੇ ਮੱਖਣ ਸ਼ਾਹ ਲਵਾਣਾ ਉਹਦਾ ਜਹਾਜ਼ ਡੁੱਬਦਾ ਸੀ, ਹੈਰਾਨ ਹੋਵੇਗੀ ਉਹਨੂੰ ਖੁਦ ਨੂੰ ਪਤਾ ਹੀ ਨਹੀਂ ਵੀ ਜੋਤ ਕਿਸ ਸਰੀਰ ਦੇ ਵਿੱਚ, ਪਰ ਉਹਨੂੰ ਜਪਜੀ ਸਾਹਿਬ ਦਾ ਪਾਠ ਕੰਠ ਸੀਗਾ, ਗੁਰਬਾਣੀ ਪੜ੍ਹ ਕੇ ਉਸਨੇ ਅਰਦਾਸ ਕੀਤੀ। ਉਹਨੂੰ ਨਹੀਂ ਪਤਾ ਗੁਰੂ ਜੋਤ ਕਿਸ ਸਰੀਰ ਵਿੱਚ ਹੈ, ਪਰ ਗੁਰੂ ਨੂੰ ਪਤਾ ਕਿ ਮੇਰਾ ਸਿੱਖ ਕਿਸ ਸਾਗਰ ਵਿੱਚ ਡੁੱਬਦਾ ਪਿਆ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਦੇ ਨਾਮ ਦੇ ਉੱਤੇ ਗੁਰਦੁਆਰਾ ਸਾਹਿਬ ਤੇ ਆਪਾਂ ਬੈਠੇ ਹੋਏ ਸਾਧ ਸੰਗਤ। ਮੋਢਾ ਦੇਖ ਕੇ ਸਤਿਗੁਰੂ ਸਾਹਿਬ ਜੀ ਨੇ ਉਹਦਾ ਜਹਾਜ਼ ਤਾਰਿਆ, ਐਸਾ ਪ੍ਰਪੱਕ ਸਿੱਖ ਸੀਗਾ ਉਹ, ਸਾਡੇ ਵਰਗਾ ਲੋਭੀ ਨਹੀਂ ਸੀਗਾ। ਬਾਈ ਹੁਣ ਇੱਕ ਰਸਤੇ ਤੇ ਆਪਾਂ ਸੱਚ ਵਾਲੇ ਤੇ ਆਉਣਾ, ਤੇ ਸਾਡੇ ਸਾਹਮਣੇ ਬਾਈ ਰਸਤੇ ਹੁਣ ਕਿਤੇ ਨਾ ਕਿਤੇ ਤੇ ਭੁੱਲਾਂਗੇ ਨਾ ਆਪਾਂ। ਬਾਈ ਮੰਜੀਆਂ ਬਕਾਲੇ ਦੀ ਧਰਤੀ ਤੇ ਸਨ, ਗੁਰੂ ਕਾ ਸਿੱਖ ਪਹਿਲਾਂ ਪਰਖਦਾ ਹੈ ਫਿਰ ਗੁਰੂ ਤੱਕ ਪਹੁੰਚਦਾ ਹੈ, ਪਹਿਲਾਂ ਬਾਈਆਂ ਨੂੰ ਪਰਖਿਆ। ਜੇ ਗੁਰੂ ਸਿੱਖ ਨੂੰ ਪਰਖਦਾ ਹੈ ਤੇ ਸਿੱਖ ਐਵੇਂ ਨਾ ਜਣੇ ਖਣੇ ਦੇ ਅੱਗੇ ਜਾ ਕੇ ਸਿਰ ਝੁਕਾ ਦੇਵੇ, ਇਹ ਬੜਾ ਅਮੁੱਲਕ ਸੀਸ ਹੈ ਜਿਹੜਾ ਸਾਡੇ ਧੜ ਦੇ ਉੱਤੇ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਯਾਦ ਰੱਖ, ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਪਹੁੰਚ ਜਾਂਦਾ ਹੈ। ਇਸ ਕਰਕੇ ਆਪਾਂ ਸਿੱਖ ਹੋ ਕੇ ਸਤਿਗੁਰੂ ਜੀ ਤੇ ਭਰੋਸਾ ਵੀ ਰੱਖੀਏ, ਰੋਜ਼ਾਨਾ ਪੰਜ ਬਾਣੀਆਂ ਦੇ ਨਿਤਨੇਮ ਵੀ ਬਣ ਜਾਏ,
जाइए और गुरु ग्रंथ साहिब महाराज जी दे अकीदा रख के समेत परिवार अपने जीवन नूं सफल बनाइए, समाज विच आपां चंगे इंसान होण दा योगदान पाइए, सिद्धां दी तरह पहाड़ां ते ना चढ़िए। जे साडे कोल कुछ है अपने नौजवानां दी बजुर्गां दी कदर करिए, क्योंकि अज नौजवान मुंडे बाहर तुरे जा रहे हैं ते तुसीं अंदाजा लाओ इस कलोनी विच इक स्पैशलिस्ट डाक्टर बन जावे, असीं उहदी बेकदरी करिए, उहदी मेहनत ना दईए, उह बाहर चले जावेगा, उहनूं कोई घाटा नहीं, घाटा सानूं पैणा जिहड़े इत्थे आपां बैठे आ। कदर करिए उहनां गुरमुखां दी, उन्हां विद्वानां दी, गुणवंतियां पाशार जो गुरु नानक साहिब दे बचन हन, तां कि उह इस समाज नूं छड्ड के समाज तों दूर ना जाण, समाज दा सुधार करन। मैं धन्नवादी हां रोम रोम करके श्री गुरु ग्रंथ साहिब महाराज जी दा, हैड ग्रंथी साहिब ज्ञानी धर्मिंदर सिंह जी, ज्ञानी जतेंद्र सिंह जी, इस भरा ही जिहड़े हन, इन्हां दा वड्डा गुण है कि आपसी एकता बहुत है, दास दे नाल इन्हां दा अथाह प्यार है, और इस प्यार दे करके आप संगत दे जो दर्शन दीदार हन इत्थे होए हन, सतगुरु इसे तरह कृपा करी रखण जी। सो भुल चुक दी खिमा, सरबत संगत आखो वाहेगुरु जी का खालसा वाहेगुरु जी की फतेह।